ਟਰੱਕ ਯੂਨੀਅਨ ਦੇ ਪ੍ਰਧਾਨ ਨੇ, ਹੁਣ ਕਿੰਨੇ ਕੁ ਜਿਹੜੇ ਟਰੱਕ ਨੇ ਇੱਥੇ ਬੰਦ ਹੋਏ ਖੜੇ ਨੇ, ਕਿਉਂਕਿ ਹੜਤਾਲ ਜਿਹੜੀ ਕੀਤੀ ਗਈ ਆ, ਮੈਨੂੰ ਲੱਗਦਾ ਕਿ ਕਿੰਨਾ ਕਿੱਡਾ ਕੰਮ ਪ੍ਰਭਾਵਿਤ ਹੋ ਰਿਹਾ? ਇਹ ਜੀ ਸਾਡੇ ਕੋਲ 250-250 ਗੱਡੀ ਹੈਗੀ ਹੈ ਜੀ, ਜਿਹੜੀ ਤਕਰੀਬਨ ਖੜੀ ਹੈ ਜੀ। ਡਰਾਈਵਰ ਛੱਡ ਕੇ ਆਪਣੇ ਘਰ ਨੂੰ ਚਲੇ ਗਏ ਜੀ, ਵੀ ਜੋਗਲ ਤੱਕ ਕਾਨੂੰਨ ਵਾਪਸ ਨਹੀਂ ਜੀ ਹੁੰਦਾ, ਜੋਗਲ ਤੱਕ ਅਸੀਂ ਗੱਡੀਆਂ ਨਹੀਂ ਚਲਾਉਂਗੇ ਜੀ। ਅਤੇ ਕਿੰਨਾ ਕੁ ਲੱਗਦਾ ਕਿ ਇਹਦੇ ਨਾਲ ਕੰਮ ਪ੍ਰਭਾਵਿਤ ਮਿਲਦਾ? ਹੁਣ ਪੰਪਾਂ ਦੇ ਉੱਤੇ ਕਹਿੰਦੇ ਤੇਲ ਬਿਲਕੁਲ ਸਪਲਾਈ ਮਾ, ਪੰਪਾਂ 'ਤੇ ਵੀ ਜਿਹੜੇ ਡਰਾਈਵਰ ਹੈ ਜੀ, ਗੱਡੀਆਂ ਟਰੱਕ ਡਰਾਈਵਰ ਚਲਾ ਰਹੇ ਜੀ, ਕਰੋਨਾ ਦੇ ਵਿੱਚ ਵੀ ਡਰਾਈਵਰ ਸੀਗੇ ਜਿਹੜੇ ਸਭ ਤੋਂ ਜ਼ਿਆਦਾ ਮਜ਼ਬੂਰੀਆਂ 'ਚ ਕੰਮ ਕਰ ਰਹੇ ਸੀ, ਬਾਕੀ ਤਾਂ ਆਮ ਵਰਕ ਦਾ ਜਿਹੜਾ ਬੈਠਿਆ ਸੀਗਾ ਘਰੇ, ਡਰਾਈਵਰ ਸੀਗੇ ਜਿਹੜੇ ਬੈਠੇ ਕੰਮ ਕਰ ਰਹੇ ਸੀਗੇ ਜੀ। ਹੁਣ ਗੱਡੀਆਂ ਹਾਂਜੀ, ਰਾਜਸਥਾਨ ਦੇ ਵਿੱਚ ਗੱਡੀਆਂ ਰੁਕੀਆਂ ਹੋਈਆਂ ਸਾਡੀਆਂ ਤਕਰੀਬਨ ਜੀ, ਆਸਾਮ ਦੇ ਵਿੱਚ 4 ਗੱਡੀਆਂ ਨੂੰ ਅੱਗ ਲਾਤੀ ਜੀ ਉੱਥੇ। ਠੀਕ, ਟਰੱਕ ਯੂਨੀਅਨ ਦੇ ਪ੍ਰਧਾਨ ਨੇ, ਹੁਣ ਕਿੰਨੇ ਕੁ ਜਿਹੜੇ ਟਰੱਕ ਨੇ ਇੱਥੇ ਬੰਦ ਹੋਏ ਖੜੇ ਨੇ, ਕਿਉਂਕਿ ਹੜਤਾਲ ਜਿਹੜੀ ਕੀਤੀ ਗਈ ਆ, ਮੈਨੂੰ ਲੱਗਦਾ ਕਿ ਕਿੰਨਾ ਕਿੱਡਾ ਕੰਮ ਪ੍ਰਭਾਵਿਤ ਹੋ ਰਿਹਾ? ਇਹ ਜੀ ਸਾਡੇ ਕੋਲ 200-250 ਗੱਡੀ ਹੈਗੀ ਹੈ ਜੀ, ਜਿਹੜੀ ਤਕਰੀਬਨ ਖੜੀ ਹੈ ਜੀ। ਡਰਾਈਵਰ ਛੱਡ ਕੇ ਆਪਣੇ ਘਰ ਨੂੰ ਚਲੇ ਗਏ ਜੀ, ਵੀ ਜੋਗਲ ਤੱਕ ਕਾਨੂੰਨ ਵਾਪਸ ਨਹੀਂ ਜੀ ਹੁੰਦਾ, ਜੋਗਲ ਤੱਕ ਅਸੀਂ ਗੱਡੀਆਂ ਨਹੀਂ ਚਲਾਉਂਗੇ ਜੀ। ਅਤੇ ਕਿੰਨਾ ਕੁ ਲੱਗਦਾ ਕਿ ਇਹਦੇ ਨਾਲ ਕੰਮ ਪ੍ਰਭਾਵਿਤ ਮਿਲਦਾ? ਹੁਣ ਪੰਪਾਂ ਦੇ ਉੱਤੇ ਕਹਿੰਦੇ ਤੇਲ ਬਿਲਕੁਲ ਸਪਲਾਈ ਹੈ ਜਿਹੜੀ ਮਾ, ਪੰਪਾਂ 'ਤੇ ਵੀ ਜਿਹੜੇ ਡਰਾਈਵਰ ਹੈ ਜੀ, ਗੱਡੀਆਂ ਟਰੱਕ ਡਰਾਈਵਰ ਚਲਾ ਰਹੇ ਜੀ, ਕਰੋਨਾ ਦੇ ਵਿੱਚ ਵੀ ਡਰਾਈਵਰ ਸੀਗੇ ਜਿਹੜੇ ਸਭ ਤੋਂ ਜ਼ਿਆਦਾ ਮਜ਼ਬੂਰੀਆਂ 'ਚ ਕੰਮ ਕਰ ਰਹੇ ਸੀ, ਬਾਕੀ ਤਾਂ ਆਮ ਵਰਕ ਦਾ ਜਿਹੜਾ ਬੈਠਿਆ ਸੀਗਾ ਘਰੇ, ਡਰਾਈਵਰ ਸੀਗੇ ਜਿਹੜੇ ਬੈਠੇ ਕੰਮ ਕਰ ਰਹੇ ਸੀਗੇ ਜੀ। ਅਤੇ ਹੁਣ ਗੱਡੀਆਂ ਕਿਸੇ ਹੋਰ ਪਾਸੇ ਫਸੀਆਂ ਨਹੀਂ? ਗੱਡੀਆਂ ਹਾਂਜੀ, ਰਾਜਸਥਾਨ ਦੇ ਵਿੱਚ ਗੱਡੀਆਂ ਰੁਕੀਆਂ ਹੋਈਆਂ ਸਾਡੀਆਂ ਤਕਰੀਬਨ ਜੀ, ਆਸਾਮ ਦੇ ਵਿੱਚ 4 ਗੱਡੀਆਂ ਨੂੰ ਅੱਗ ਲਾਤੀ ਜੀ ਉੱਥੇ। ਠੀਕ ਹੈ।